ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਰਾਗਾ ਮਾਡਲਸ ਵੱਲੋਂ ਪਿਛਲੇ 2 ਸਾਲ 2011 ਅਤੇ 2012 ਦੇ ਵਿੱਚ ਮਾਡਲਿੰਗ ਦੇ ਬਹੁਤ ਵੱਡੇ ਵੱਡੇ ਸ਼ੋਅ ਕਰਾਏ ਗਏ ਨੇ ਰਾਗਾ ਮਾਡਲਸ ਟਰਾਂਟੋ ਵੱਲੋਂ। ਸੋ ਅਸੀਂ ਇਸ ਸ਼ੋਅ ਦੀ ਰੱਜ ਕੇ ਪ੍ਰਮੋਸ਼ਨ ਕਰਦੇ ਹਾਂ ਕਿਉਂਕਿ ਮੇਰੇ ਬਹੁਤ ਅੱਛੇ ਦੋਸਤ ਨੇ, ਮੇਰੇ ਵੱਡੇ ਭਾਈ ਨੇ ਸਰਪ੍ਰੀਤ ਮਿਨਹਾਜ ਜੀ, ਔਰ ਮੇਰੀ ਡਿਊਟੀ ਬਣਦੀ ਹੈ ਕਿ ਇਸ ਸ਼ੋਅ ਨੂੰ ਰੱਜ ਕੇ ਪ੍ਰਮੋਟ ਕੀਤਾ ਜਾਵੇ। ਵੈਸੇ ਤਾਂ ਜਿੰਨੇ ਵੀ ਸਾਡੇ ਚੰਗੇ ਸ਼ੋਅ ਸਾਡੇ ਸ਼ਹਿਰਾਂ ਦੇ ਵਿੱਚ ਹੁੰਦੇ ਹਨ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਚੰਗੇ ਸ਼ੋਅ ਨੂੰ ਚੰਗੇ ਤਰੀਕੇ ਨਾਲ ਪ੍ਰਮੋਟ ਕੀਤਾ ਜਾਵੇ। ਇਹ ਸ਼ੋਅ ਜਿਹੜਾ ਮਾਡਲਿੰਗ ਨਾਲ ਵਿਵਸਥਾ ਹੈ, ਇਹ ਸ਼ੋਅ ਇਹ ਬਿਲਕੁਲ ਅਲੱਗ ਸ਼ੋਅ ਹੈ। ਬੇਸ਼ੱਕ ਵੱਡੇ ਵੱਡੇ ਸ਼ੋਅ ਵੱਡੇ ਵੱਡੇ ਹਾਲਾਂ ਦੇ ਵਿੱਚ ਹੁੰਦੇ ਹਨ, ਪਰ ਇਹਨਾਂ ਨੇ ਇੱਕ ਨਵੀਂ ਪਿਰਤ ਪਾਈ ਹੈ ਸਾਡੀ ਕਮਿਊਨਿਟੀ ਵਾਸਤੇ ਕੁਝ ਨਵਾਂ ਕਰਨ ਦੀ। ਸਾਡੇ ਜਿਹੜੇ ਮੁੰਡੇ ਕੁੜੀਆਂ, ਬਹੁਤ ਯੰਗ ਮੁੰਡੇ ਕੁੜੀਆਂ ਮਾਡਲਿੰਗ ਦੇ ਸ਼ੌਕੀਨ ਸਨ, ਪਰ ਗਲਤ ਕੰਪਨੀਆਂ ਦੇ ਨਾਲ ਜੁੜਨ ਕਰਕੇ ਅੱਗੇ ਨਹੀਂ ਆ ਸਕੇ ਜਾਂ ਨਹੀਂ ਆਉਣਾ ਚਾਹੁੰਦੇ। ਸੋ ਇਹ ਸਾਡੀ ਕਮਿਊਨਿਟੀ ਦੀ ਇੱਕ ਬਹੁਤ ਹੀ ਵਧੀਆ ਕੰਪਨੀ ਹੈ। ਸਰਪ੍ਰੀਤ ਮਿਨਹਾਸ ਅਤੇ ਇਹਨਾਂ ਦੀ ਟੀਮ ਰੱਜ ਕੇ ਮਿਹਨਤ ਕਰਦੀ ਹੈ ਇਸ ਟੀਮ ਦੇ ਨਾਲ। ਸੋ ਬਹੁਤ ਹੀ ਵਧੀਆ ਸ਼ੋਅ ਹੋਏਗਾ। ਇਸ ਸ਼ੋਅ ਦੀ ਪੂਰੀ ਇਨਫੋਰਮੇਸ਼ਨ ਮੇਰੇ ਨਾਲ ਸਰਪ੍ਰੀਤ ਮਿਨਹਾਜ ਜੀ ਪਹੁੰਚਦੇ। ਸ਼ੋਅ ਕਿੱਥੇ ਹੋ ਰਿਹਾ, ਐਕਚੁਅਲੀ ਕਦੋਂ ਹੋ ਰਿਹਾ, ਕਿੰਨੀ ਟਿਕਟ ਹੈ, ਕਿਵੇਂ ਤੁਸੀਂ ਇਹਦੇ ਵਿੱਚ ਐਂਟਰੀ ਕਰ ਸਕਦੇ ਹੋ, ਸਾਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਸਰਪ੍ਰੀਤ ਮਿਨਹਾਜ ਜੀ ਸਟੂਡੀਓ ਵਿੱਚ ਮੇਰੇ ਨਾਲ ਨੇ। ਸਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ ਰੌਣਕ ਮੇਲੇ। ਫਸਟ ਆਫ ਆਲ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਜੀਤ ਜੀ, ਤੁਸੀਂ ਸਾਨੂੰ ਮੌਕਾ ਦਿੰਦੇ ਹੋ ਹਰ ਵਾਰ, ਉਹ ਸਾਨੂੰ ਸਾਡਾ ਸਾਥ ਦਿੰਦੇ ਹੋ, ਔਰ ਮੈਂ ਜਿੰਨੇ ਵੀ ਅੱਜ ਵਿਊ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਮੇਰੀ ਪਿਆਰ ਵਾਲੀ ਸਤਿ ਸ਼੍ਰੀ ਅਕਾਲ। ਸੋ ਇਹ ਜਿਹੜਾ ਸ਼ੋਅ ਹੈਗਾ, ਇਹ ਹਰ ਸਾਲ ਦੇ ਲਈ, ਮਤਲਬ ਹਰ ਸਾਲ ਦੇ ਵਾਂਗੂ ਅਸੀਂ ਇਸ ਸਾਲ 22 ਮਾਰਚ ਨੂੰ ਕਰਾਂਗੇ, ਜਿਹੜਾ ਕਿ ਅਸੀਂ ਫੈਮਿਲੀ ਸ਼ੋਅ ਹੈ। ਫੈਮਿਲੀ ਸ਼ੋਅ ਦੇ ਵਿੱਚ ਵਟ ਵੀ ਡੂ ਲਾਈਕ ਕਿ ਅਸੀਂ ਮੁੰਡਿਆਂ ਨੂੰ ਵੀ ਇਨਵੋਲਵ ਕਰਦੇ ਹਾਂ, ਕੁੜੀਆਂ ਨੂੰ ਵੀ ਕਰਦੇ ਹਾਂ, ਲੇਡੀਜ਼ ਨੂੰ ਵੀ ਕਰਦੇ ਹਾਂ, ਅਤੇ ਖਾਸ ਤੌਰ 'ਤੇ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਇਨਵੋਲਵ ਕਰਦੇ ਹਾਂ। ਇਸ ਕਰਕੇ ਕਿਉਂਕਿ ਅਸੀਂ ਦੇਖ ਰਹੇ ਸੀਗੇ ਪਿਛਲੇ ਕੁਝ ਸਾਲਾਂ ਤੋਂ ਕਿ ਜਿਹੜੇ ਸਾਡੇ ਬੱਚੇ ਨੇ ਇੱਥੇ ਕਾਫੀ ਸ਼ਾਈ ਫੀਲ ਕਰਦੇ ਨੇ, ਸ਼ਾਈ ਫੀਲ ਦੇ ਨਾਲ ਕੀ ਹੁੰਦਾ ਕਿ ਉਹਨਾਂ 'ਚ ਕੌਨਫੀਡੈਂਸ ਥੋੜ੍ਹਾ ਜਿਹਾ ਘੱਟ ਹੈ। ਉਹ ਆਪਣੇ ਆਪ ਨੂੰ ਅੱਗੇ ਆਉਣ ਨੂੰ, ਜਿੱਦਾਂ ਲੈਟ ਸੇ ਕੋਈ ਚੀਜ਼ ਹੋ ਰਹੀ ਹੈ ਜਾਂ ਸਕੂਲ ਦੇ ਵਿੱਚ ਪਾਰਟੀਸਪੇਸ਼ਨ ਕਿਸੇ ਚੀਜ਼ ਦੀ ਹੋ ਰਹੀ ਹੈ, ਉਹ ਥੋੜ੍ਹਾ ਜਿਹਾ ਹਿਚਕਾਉਂਦੇ ਨੇ। ਪੇਰੈਂਟਸ ਕਹਿੰਦੇ ਨੇ ਉਹਨਾਂ ਨੂੰ, ਬੱਚੇ ਉਹ ਪਾਰਟੀਸਪੇਟ ਕਰੋ, ਬੱਚੇ ਕਹਿੰਦੇ ਜੀ ਅਸੀਂ ਨਹੀਂ ਕਰਨਾ ਜੀ, ਬਿਕੋਜ਼ ਕਿ ਉਹ ਸ਼ਾਈ ਫੀਲ ਕਰਦੇ ਨੇ। ਇਹ ਨਹੀਂ ਹੈਗਾ ਕਿ ਉਹਨਾਂ ਟੈਲੈਂਟ ਨਹੀਂ ਹੈਗਾ, ਦੇ ਹੈਵ ਦਾ ਟੈਲੈਂਟ ਬਟ ਉਹ ਸ਼ਾਈ ਫੀਲ ਕਰਦੇ ਨੇ। ਉਸ ਚੀਜ਼ ਨੂੰ ਅਸੀਂ ਦੇਖਦੇ ਹੋਏ ਅਸੀਂ ਬੱਚਿਆਂ ਲਈ ਇੰਟਰੋਡਿਊਸ ਕੀਤਾ ਸੀਗਾ ਸਮਾਰਟ ਕਿਡਸ। ਉਹ ਇੱਕ ਸਾਡਾ ਹੀ ਸਿਰਫ ਸ਼ੋਅ ਹੈ ਆਈ ਥਿੰਕ ਇਨ ਆਲ ਓਵਰ ਕੈਨੇਡਾ, ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ, ਜਿਹੜਾ ਕਿ ਬੱਚਿਆਂ ਨੂੰ ਪ੍ਰਮੋਟ ਕਰ ਰਿਹਾ। ਉਹਦੇ ਲਈ ਅਸੀਂ ਖਾਸ ਤੌਰ 'ਤੇ ਬੱਚਿਆਂ ਦੀ ਵਰਕਸ਼ਾਪ ਰੱਖਦੇ ਹਾਂ, ਜਿਹੜੀ ਕਿ 4 ਦਿਨ ਦੀ ਵਰਕਸ਼ਾਪ ਹੁੰਦੀ ਹੈ। ਇਟਸ ਕਾਲਡ ਇਮੇਜ ਬਿਲਡਿੰਗ ਵਰਕਸ਼ਾਪ, ਜਿਸ 'ਚ ਬੱਚਿਆਂ ਨੂੰ ਅਸੀਂ ਕੈਟਵਾਕ ਕਰਨਾ, ਹਾਊ ਟੂ ਡੂ ਮਾਡਲਿੰਗ, ਐਂਡ ਉਹਦੇ ਉਹ ਸ਼ੋਅ ਉਹ ਵਰਕਸ਼ਾਪ ਨੂੰ ਕੰਡਕਟ ਕਰਨ ਵਾਸਤੇ ਸਾਡੇ ਲਈ ਖਾਸ ਤੌਰ 'ਤੇ ਬਾਲੀਵੁੱਡ ਤੋਂ ਮਿਸਟਰ ਕੌਸ਼ਿਕ ਘੋਸ਼ ਜੀ ਆਉਂਦੇ ਨੇ, ਜਿਹੜੇ ਕਿ ਬਹੁਤ ਹੀ ਉੱਥੇ ਦੇ ਫੇਮਸ ਫੈਸ਼ਨ ਕੋਰੀਓਗ੍ਰਾਫਰ ਨੇ। ਕਾਫੀ ਸ਼ੋਅ ਉਹ ਸਾਲ ਦੇ ਅਰਾਊਂਡ ਅਬਾਊਟ 1500-1600 ਸ਼ੋਅ ਕਰਦੇ ਨੇ ਟੋਟਲ। ਸੋ ਇਹ ਸਪੈਸ਼ਲ ਸਾਡੇ ਲਈ ਇੱਥੇ ਆਉਂਦੇ ਨੇ, ਚਾਰ ਦਿਨ ਦੀ ਵਰਕਸ਼ਾਪ ਲਗਾਉਂਦੇ ਨੇ। ਓਕੇ, ਸੋ ਇੱਕ ਤੁਸੀਂ ਇਹ ਕਿਡਸ ਬਾਰੇ ਦੱਸਿਆ, ਇੱਕ ਹੋਰ ਇੱਥੇ ਖਾਸ ਅਟਰੈਕਸ਼ਨ ਹੁੰਦੀ ਹੈ ਯੰਮੀ ਮੰਮੀ। ਉਹ ਮੈਂ ਤਾਂ ਸ਼ਾਇਦ ਪਹਿਲੀ ਵਾਰੀ ਸੁਣਿਆ, ਮੇਰਾ ਖਿਆਲ ਨਹੀਂ ਦੁਨੀਆ ਦੇ ਵਿੱਚ ਕਿਤੇ ਹੁੰਦਾ ਹੋਵੇਗਾ ਜਾਂ ਨਹੀਂ। ਉਹਦੇ ਵਿੱਚ ਲੇਡੀਜ਼ ਦੀ ਬੜੀ ਅਟਰੈਕਸ਼ਨ ਹੁੰਦੀ ਹੈ, ਉਹਨਾਂ ਦਾ ਬੜਾ ਝੁਕਾਓ ਹੋ ਜਾਂਦਾ ਇਸ ਚੀਜ਼ ਬਾਰੇ। ਉਹਦੇ ਬਾਰੇ ਥੋੜ੍ਹਾ ਜਿਹਾ ਮੈਂ ਚਾਹੁੰਦਾ ਕਿ ਬਿਆਨ ਕਰਨ, ਜਿਹੜਾ ਨੇ ਪਿਛਲੇ ਪ੍ਰੋਗਰਾਮ ਤੁਹਾਡੇ ਨਹੀਂ ਦੇਖੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹ ਕੀ ਚੀਜ਼ ਹੈ ਅਤੇ ਤੁਸੀਂ ਕਿਵੇਂ ਸ਼ੁਰੂ ਕੀਤਾ। ਹਾਂਜੀ, ਕਹਿੰਦੇ ਯੰਮੀ ਮੰਮੀ ਸੀਗਾ, ਯੰਮੀ ਮੰਮੀ ਦਾ ਕੰਸੈਪਟ ਇਹ ਸੀਗਾ, ਜਿੱਦਾਂ ਅਸੀਂ ਬੱਚਿਆਂ ਦਾ ਬਾਰੇ ਸੋਚਿਆ ਸੀਗਾ ਕਿ ਬੱਚਿਆਂ ਦਾ ਇੱਥੇ ਕੁਛ ਨਹੀਂ ਹੁੰਦਾ, ਰਾਈਟ, ਬੱਚਿਆਂ ਦਾ ਕੋਈ ਸ਼ੋਅ ਨਹੀਂ ਹੁੰਦਾ ਜਿਸ 'ਚ ਉਹਨਾਂ ਨੂੰ ਟੈਲੈਂਟ ਸ਼ੋਅ ਕਰਨਾ ਪਏ, ਜਿਸ 'ਚ ਉਹਨਾਂ ਨੂੰ ਕੌਨਫੀਡੈਂਸ ਹੋਵੇ। ਸੇਮ ਥਿੰਗ ਅਸੀਂ ਲੇਡੀਜ਼ ਵਾਸਤੇ ਦੇਖਿਆ ਸੀਗਾ ਕਿ ਲੇਡੀਜ਼ ਵਾਸਤੇ ਵੀ ਇੱਥੇ ਕੋਈ ਸ਼ੋਅ ਨਹੀਂ ਕਰਾਉਂਦੇ ਕੋਈ ਵੀ, ਸਾਰਾ ਕੁਝ ਜੋ ਵੀ ਹੈਗਾ ਕੁੜੀਆਂ ਲਈ ਜਾਂ ਮੁੰਡਿਆਂ ਲਈ। ਫਿਰ ਅਸੀਂ ਸੋਚਦੇ ਸੀ ਕਿ ਲੇਡੀਜ਼ ਦੀ ਕੁਛ ਵੀ, ਅਸੀਂ ਯੰਮੀ ਮੰਮੀ ਦਾ ਅਸੀਂ ਪੈਜੈਂਟ ਸ਼ੁਰੂ ਕੀਤਾ, ਜਿਹਦੇ 'ਚ ਕੋਈ ਵੀ ਲੇਡੀ ਹੈ ਜਿਹਨੂੰ ਜਿਹ 'ਚ ਟੈਲੈਂਟ ਹੈਗਾ ਬਟ ਉਹ ਕਿਸੇ ਕਾਰਨ ਕਰਕੇ, ਲੈਟਸ ਸੇ ਹੁਣ ਸ਼ੀ ਗੋਡ ਮੈਰਿਡ ਨਾ, ਉਹ ਸ਼ੀ ਉਹਨੂੰ ਮੌਕਾ ਨਹੀਂ ਮਿਲ ਰਿਹਾ ਟੈਲੈਂਟ, ਸੋ ਸ਼ੀ ਕੈਨ ਕਮ ਜੁਆਇਨ ਅਸ ਐਂਡ ਸ਼ੋ ਦਾ ਟੈਲੈਂਟ ਦੈਨ। ਉਹਦੇ ਲਈ ਕੀ ਹੈਗਾ ਕਿ ਕੋਈ ਏਜ ਲਿਮਿਟ ਨਹੀਂ ਹੈ ਲੇਡੀਜ਼ ਦੀ, ਦੈਨ ਕੋਈ ਆਡੀਸ਼ਨ ਨਹੀਂ ਹੈ, ਡਾਇਰੈਕਟ ਐਂਟਰੀ ਹੈ, ਜਸਟ ਆਪਣੇ ਫੋਰਮ ਭੇਜਣ ਅਤੇ ਐਂਟਰੀ ਹੈ ਉਹਨਾਂ ਦੀ। ਇੱਕ ਹੋਰ ਸਵਾਲ ਹੈ ਮੇਰੇ ਮਨ ਦੇ ਵਿੱਚ ਕਿ ਬਹੁਤ ਸਾਰੇ ਰਿਐਲਿਟੀ ਸ਼ੋਅ ਹੁੰਦੇ ਨੇ ਭਾਰਤ ਦੇ ਵਿੱਚ ਕਿ ਪੂਰੀ ਦੁਨੀਆ ਦੇ ਵਿੱਚ ਰਿਐਲਿਟੀ ਸ਼ੋਅ ਹੁੰਦੇ ਨੇ, ਮਿਊਜ਼ਿਕ ਨਾਲ ਵਿਵਸਥਾ, ਡਾਂਸ ਨਾਲ ਵਿਵਸਥਾ, ਮਾਡਲਿੰਗ ਨਾਲ ਵਿਵਸਥਾ, ਕਿਉਂਕਿ ਉਹਦੇ ਵਿੱਚ ਚੁਣਿਆ ਜਾਂਦਾ। ਸਮ ਟਾਈਮ 'ਤੇ ਇਹ ਹੁੰਦਾ ਕਿਉਂਕਿ ਅਸੀਂ ਮਿਊਜ਼ਿਕ ਨਾਲ ਰਿਲੇਟਡ ਹਾਂ, ਮੈਂ ਮਿਊਜ਼ਿਕ ਨਾਲ ਗੱਲ ਕਰਾਂਗਾ ਕਿ ਅਸੀਂ ਰਿਐਲਿਟੀ ਸ਼ੋਅ ਸਾਰੇ ਦੇਖਦੇ ਹਾਂ, ਮਿਊਜ਼ਿਕ ਦੀ ਸਮਝ, ਇਸ ਕਰਕੇ ਅਸੀਂ ਆਪਣੀ ਉਹਦੀ ਜਜਮੈਂਟ ਕਰਦੇ ਹਾਂ, ਜੋ ਸਾਡੀ ਜਜਮੈਂਟ 'ਤੇ ਬਹੁਤ ਵਾਰੀ ਇਸ ਤਰ੍ਹਾਂ ਹੋਇਆ ਕਿ ਸਾਡੀ ਜਜਮੈਂਟ ਦੇ ਹਿਸਾਬ ਨਾਲ ਉਹਦੇ ਫਾਈਨਲ ਨਹੀਂ ਹੁੰਦਾ। ਜੇ ਹੋ ਵੀ ਜਾਂਦਾ ਉਹ ਫਾਈਨਲ ਤਾਂ ਹੋ ਰਿਹਾ, ਪੂਰੀ ਦੁਨੀਆ ਦੇਖ ਰਹੀ ਹੈ, ਮਹੀਨਾ ਦੋ ਮਹੀਨੇ ਚਰਚਾ ਵੀ ਰਹਿੰਦਾ, ਪਰ ਉਸ ਤੋਂ ਬਾਅਦ ਉਹੀ ਜਿਹੜਾ ਵਿਨਰ ਹੈ 2-3-4 ਮਹੀਨੇ ਤੋਂ ਬਾਅਦ ਬਿਲਕੁਲ ਗੁੰਮ ਹੋ ਜਾਂਦਾ, ਕਿਉਂਕਿ ਤੁਸੀਂ ਤਾਂ ਪ੍ਰਾਈਜ਼ ਦੇ ਦੇਣਾ, ਗੋਸ਼ ਸਾਹਿਬ ਆ ਰਹੇ ਨੇ ਬੰਬੇ ਤੋਂ, ਉਹ ਆਪਣੀ ਡਿਊਟੀ ਨਿਭਾ ਦੇਣਗੇ। ਅਗਰ ਕੋਈ ਵਿਨ ਹੁੰਦਾ ਹੈ, ਕੋਈ ਅੱਛਾ ਮਾਡਲ ਤੁਹਾਨੂੰ ਮਿਲਦਾ, ਕੁੜੀ ਹੋਵੇ ਮੁੰਡਾ ਹੋਵੇ, ਇੱਥੇ ਤਾਂ ਹੋ ਗਿਆ ਵਿਨ, ਉਸ ਤੋਂ ਬਾਅਦ ਉਹਦਾ ਫਿਊਚਰ ਕਿ ਉਹਨਾਂ ਨੂੰ ਕੌਣ ਹੱਥ ਪਏਗਾ,
ਸਿੰਗਿੰਗ ਜਿੱਦਾਂ ਹੁੰਦਾ ਕਿ ਸਿੰਗਿੰਗ ਨੂੰ ਤੁਸੀਂ ਲਾਈਵ ਸੁਣ ਰਹੇ ਹੋ ਬੰਦਿਆਂ ਨੂੰ, ਠੀਕ ਹੈ। ਮਾਡਲਿੰਗ ਦੇ ਵਿੱਚ ਇਹ ਹੈ ਕਿ ਜਿੱਦਾਂ ਹੁਣ ਜਿਹੜੇ ਮਾਡਲਸ ਨੇ, ਤੂੰ ਦੇਖਿਆ ਕਿ ਮਾਡਲਸ ਬਾਅਦ 'ਚ ਜਦੋਂ ਇੱਕ ਮਾਡਲ ਵਧੀਆ ਬਣ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕੰਮ ਮਿਲਦਾ ਹੈ, ਜਾਂ ਤਾਂ ਪ੍ਰਿੰਟ ਮੀਡੀਆ ਹੋ ਗਿਆ ਜਾਂ ਮੂਵੀਜ਼ ਹੋ ਗਈਆਂ, ਸੀਰੀਅਲ ਹੋ ਗਏ, ਇੱਦਾਂ ਉਹਦੇ 'ਚ ਹੈ ਕਿ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਇੱਕ ਮਾਡਲ, ਕਿਉਂਕਿ ਜਿਹੜਾ ਦੇਖੋ ਲੈਟਸ ਸੇ ਇੱਕ ਐਕਟਰ ਹੈ, ਐਕਟਰ ਦੇ ਵਿੱਚ ਇਕੱਲੀ ਮਾਡਲਿੰਗ ਕੰਮ ਨਹੀਂ ਆਉਂਦੀ, ਦੇ ਹੈਵ ਸਮ ਥਿੰਗ ਐਕਸਟਰਾ ਆਰਡਨਰੀ। ਲੇਕਿਨ ਜਿਹੜੀ ਸਾਡੀ ਵਰਕਸ਼ਾਪ ਹੈ ਨਾ, ਉਹ ਇਸ ਚੀਜ਼ ਨੂੰ ਇਨੀਸ਼ੀਏਟ ਕਰਦੇ ਆਪਾਂ। ਅਸੀਂ ਕਹਿੰਦੇ ਹਾਂ ਕਿ ਕੋਈ ਬੰਦਾ ਕਹਿੰਦਾ ਜੀ ਮੈਂ ਹੁਣ ਮੇਰਾ ਜਿਹੜਾ ਫਿਊਚਰ ਹੈਗਾ ਉਹ ਮੈਂ ਅੱਜ ਤੋਂ 10 ਸਾਲ ਬਾਅਦ ਜਾਂ 15 ਸਾਲ ਬਾਅਦ ਮੈਂ ਇੱਕ ਵਧੀਆ ਐਕਟਰ ਬਣਨਾ ਚਾਹੁੰਦਾ। ਸੋ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ 10 ਸਾਲ ਦਾ ਬੱਚਾ ਹੈ, ਉਹ ਆ ਗਿਆ ਸਾਡੇ ਕੋਲ, ਅਸੀਂ ਉਹਨੂੰ ਗਰੂਮ ਕਰਨਾ ਸ਼ੁਰੂ ਕੀਤਾ। ਹੁਣ ਜਦੋਂ ਪਹਿਲਾ ਸ਼ੋਅ ਜਦੋਂ ਤੁਸੀਂ ਦੇਖਿਆ ਸੀ, ਪਹਿਲਾ ਸ਼ੋਅ ਬੱਚੇ ਦੇਖੋ ਕਿੱਦਾਂ ਘਬਰਾ ਕੇ ਸੀਗੇ, ਦੂਜੇ ਸ਼ੋਅ 'ਚੋਂ ਬੱਚੇ ਕਿੱਦਾਂ ਕੌਨਫੀਡੈਂਸ ਨਾਲ ਵਾਕ ਕਰ ਰਹੇ ਸੀਗੇ, ਕਹਿੰਦੇ ਸੀ ਇਟਸ ਓਕੇ। ਹੁਣ ਉਹ ਬੱਚੇ ਲੈਟ ਸੇ ਹੁਣ 2 ਸਾਲ ਬਾਅਦ ਹੋ ਗਰੂਮ ਹੋ ਗਏ, 3 ਸਾਲ ਹੋ ਗਏ, ਉਹਨਾਂ 'ਚ ਹੀ ਟੈਲੈਂਟ ਆਪਣੇ ਆਪ ਪੈਦਾ ਹੋਣਾ ਸ਼ੁਰੂ ਹੋ ਜਾਂਦਾ, ਫਿਰ ਉਹ ਕੀ ਹੋਰ ਐਕਟੀਵਿਟੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਨੇ। ਉਹਦੇ ਨਾਲ ਕੀ ਹੁੰਦਾ ਕਿ ਹੁਣ ਲੈਟ ਸੇ ਅਸੀਂ ਹੁਣ ਫਾਰ ਐਗਜ਼ਾਮਪਲ ਅਸੀਂ ਅੱਗੇ ਜਾ ਕੇ ਇੱਕ ਪ੍ਰੋਡਕਸ਼ਨ ਸ਼ੁਰੂ ਕੀਤੀ, ਸਾਡੀ ਕਿਸੇ ਨਾਲ ਗੱਲ ਵੀ ਚੱਲ ਰਹੀ ਹੈ ਮੂਵੀ ਪ੍ਰੋਡਕਸ਼ਨ ਦੇ ਵਿੱਚ, ਅਸੀਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਮੁੰਡੇ ਕੁੜੀਆਂ ਜਿਹਨਾਂ ਨੂੰ ਅਸੀਂ ਗਰੂਮ ਕੀਤਾ, ਅਸੀਂ ਪਹਿਲਾਂ ਉਹਨਾਂ ਨੂੰ ਲਾਂਗੇ। ਬਿਲਕੁਲ, ਇਹੀ ਮੇਰਾ ਮਕਸਦ ਹੈ। ਹਾਂਜੀ, ਪਹਿਲਾਂ ਅਸੀਂ ਉਹਨਾਂ ਨੂੰ ਲਾਂਗੇ, ਬੇਸ਼ੱਕ ਸਾਨੂੰ ਸਾਲ ਲੱਗ ਜਾਣ 2, ਬੇਸ਼ੱਕ 3, ਲੇਕਿਨ ਅਸੀਂ ਉਹਨਾਂ ਨੂੰ ਚੰਗਾ ਪਲੇਟਫਾਰਮ ਦੇਣਾ ਚਾਹੁੰਦੇ ਹਾਂ, ਤਾਂ ਜੋ ਇੱਕ ਵਧੀਆ ਪਲੇਟਫਾਰਮ ਵੀ ਬੰਦੇ ਨੂੰ ਉੱਪਰ ਲੈ ਕੇ ਜਾ ਸਕਦਾ। ਹੁਣ ਠੀਕ ਹੈ, ਹੁਣ ਇੱਥੇ ਤੁਸੀਂ ਦੇਖਿਆ ਨਿੱਕੇ ਨਿੱਕੇ ਸ਼ੋਅ ਹੁੰਦੇ ਨੇ, ਫੈਸ਼ਨ ਸ਼ੋਅ ਵੀ ਹੁੰਦੇ ਨੇ, ਲੇਕਿਨ ਕਈ ਸ਼ੋਅ ਇੱਦਾਂ ਹੁੰਦੇ ਨੇ ਰੈਂਪ ਵੀ ਹਿਲਦੇ ਹੁੰਦੇ ਨੇ, ਠੀਕ ਹੈ। ਹੁਣ ਉੱਥੇ ਇੱਕ ਕੋਈ ਵਾਕ ਆ ਰਿਹਾ ਬਿਨਾਂ ਕੋਈ ਕੋਰੀਓਗ੍ਰਾਫਰ ਕੋਈ ਨਹੀਂ ਹੈਗਾ, ਉਹਨਾਂ ਨੂੰ ਵਾਕ ਕਰਨਾ ਸਿਖਾਇਆ ਨਹੀਂ ਜਾ ਰਿਹਾ, ਹੁਣ ਉਹ ਹੁਣ 2 ਸ਼ੋਅ ਕਰਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਉਹ ਕਿਤੇ ਜਾ ਸਕਦੇ, ਨਹੀਂ ਜਾ ਸਕਦੇ। ਦੂਜੇ ਪਾਸੇ ਅਸੀਂ ਇਹਨਾਂ ਨੂੰ ਗਰੂਮਿੰਗ ਕਰਾ ਰਹੇ ਹਾਂ ਕੌਸ਼ਿਕ ਵੱਲੋਂ, ਕੌਸ਼ਿਕ ਆ ਕੇ ਗਰੂਮ ਕਰਦਾ, ਮੈਂ ਕਹਿੰਦਾ ਉਹਨਾਂ ਨੂੰ ਚੰਗੀ ਤਰ੍ਹਾਂ ਸਿਖਾਉਂਦਾ, ਦੇਖੋ ਇੱਦਾਂ ਵਾਕ ਕਰਨੀ ਹੈ, ਦਿਸ ਇਜ਼ ਦਾ ਵੇ। ਹੁਣ ਦੇਖੋ ਕੌਸ਼ਿਕ ਨੇ ਗਰੂਮ ਕੀਤਾ ਸੀ ਸੁਸ਼ਮਿਤਾ ਸੇਨ ਨੂੰ, ਠੀਕ ਹੈ, ਉਹ ਮਿਸ ਯੂਨੀਵਰਸ ਹੋਈ, ਠੀਕ ਹੈ। ਉਸ ਤੋਂ ਬਾਅਦ ਸੋਨੂ ਸੂਦ ਨੂੰ ਕੀਤਾ ਉਹਨਾਂ ਨੇ, ਗ੍ਰੇਸੀ ਸਿੰਘ ਨੂੰ ਕੀਤਾ, ਵਿਦਿਆ ਬਾਲਨ ਨੂੰ ਕੀਤਾ, ਦੇ ਆਰ ਆਲ ਸੁਪਰ ਸਟਾਰ, ਲੇਕਿਨ ਉਹ ਸਾਰਿਆਂ ਨੂੰ ਜਿਹੜਾ ਗਰੂਮਿੰਗ ਕੌਸ਼ਿਕ ਕੋਸਟ ਕਰ ਚੁੱਕੇ। ਦੈਟਸ ਵੈਰੀ ਗੁੱਡ। ਹਾਂਜੀ, ਸੋ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਸਰਬਪ੍ਰੀਤ ਮਿਨਹਾਸ ਜੀ ਨੇ, ਰਾਗਾ ਮਾਡਲਸ ਟੋਰਾਂਟੋ ਤੋਂ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਚਾਹਾਂਗੀ ਜਾਣ ਲੱਗੇ ਤੁਸੀਂ ਜ਼ਰੂਰ ਦੱਸੋ ਪੂਰੀ ਇਨਫੋਰਮੇਸ਼ਨ ਕਿ ਕਿਵੇਂ ਕਿਵੇਂ ਐਂਟਰੀ ਮਿਲਦੀ ਹੈ, ਕਿੰਨੇ ਕਿੰਨੇ ਟਿਕਟ ਪ੍ਰਾਈਜ਼ ਨੇ, ਕਿੱਥੇ ਸ਼ੋਅ ਹੋ ਰਿਹਾ ਰਿਹਾ ਤੁਹਾਡਾ ਕੰਟੈਕਟ। ਹਾਂਜੀ, ਜਿਹੜਾ ਇਹ ਸ਼ੋਅ ਹੋ ਰਿਹਾ, ਇਹ ਸ਼ੋਅ ਜਿਹੜਾ ਹੈਗਾ ਆਪਣੇ 4 ਪੈਜੈਂਟਸ ਨੇ ਜੀ, 4 ਪੈਜੈਂਟਸ ਵੀ ਡੂਇੰਗ ਕੁੜੀਆਂ ਦੇ ਲਈ ਮਿਸ ਸਾਊਥ ਏਸ਼ੀਆ ਕੈਨੇਡਾ 2013, ਮੁੰਡਿਆਂ ਦੇ ਲਈ ਮਿਸਟਰ ਸਾਊਥ ਏਸ਼ੀਆ ਕੈਨੇਡਾ 2013, ਲੇਡੀਜ਼ ਲਈ ਮਿਸ ਯਮੀ ਮਮੀ ਕੈਨੇਡਾ 2013, ਅਤੇ ਬੱਚਿਆਂ ਲਈ ਸਮਾਰਟ ਕਿਡਸ ਕੰਟੈਂਸ 2013। ਔਰ ਇਹ ਜਿਹੜਾ ਸ਼ੋਅ 22 March ਨੂੰ ਮਿਰਾਜ ਬੈਂਕਟ ਹਾਲ ਈਟੋਬਿਕੋ ਦੇ ਵਿੱਚ ਹੋਏਗਾ, ਅਤੇ ਇਹਦੀ ਜਿਹੜੀ ਵਰਕਸ਼ਾਪ ਆਪਣੀ ਸਟਾਰਟ ਹੋਏਗੀ 18 ਤਰੀਕ ਤੋਂ ਲੈ ਕੇ 21 ਤੱਕ ਵਰਕਸ਼ਾਪ ਚੱਲੇਗੀ। ਔਰ ਇਹਦੀ ਜਿਹੜੀ ਐਂਟਰੀ ਸਟਿਲ ਓਪਨ ਨੇ, ਸੋ ਦੇ ਕੈਨ ਸਟਿਲ ਐਂਟਰ, ਔਰ ਦੇ ਕੈਨ ਕਾਲ ਮੀ ਐਟ 6472747897, ਆਈ ਰਿਪੀਟ 6472747897, ਔਰ ਦੇ ਵਿਜਿਟ, ਯੂ ਕੈਨ ਵਿਜਿਟ ਅਸ ਔਨਲਾਈਨ ਐਟ www.ragamodels.ca। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਆਇੰਦਾ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਬਕਾਇਦਾ ਸਟੂਡੀਓ ਦੇ ਵਿੱਚ ਬੁਲਾ ਕੇ, ਜਿਹੜੇ ਤੁਹਾਡੇ ਮਹਿਮਾਨ ਵੀ ਬੋਂਬੇ ਤੋਂ ਆ ਰਹੇ ਨੇ ਗੋਸ਼ ਸਾਹਿਬ, ਉਹਨਾਂ ਨੂੰ ਬਿਠਾ ਕੇ ਅਸੀਂ ਗੱਲਬਾਤ ਕਰਾਂਗੇ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਉਹਨਾਂ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।